ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਆਪਣੇ ਯੂਟਿਊਬ ਚੈਨਲ ਟਰੈਕਟਰ ਮਾਫੀਆ ਵਿੱਚ, ਅਤੇ ਮੈਂ ਤੁਹਾਡਾ ਹੋਸਟ ਮਠਾੜੂ ਸਾਡੇ ਇਸ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਅਤੇ ਜਿਹੜੀ ਆਪਾਂ ਅੱਜ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਇੱਕ ਸਿਹਤਮੰਦ ਪਨੀਰੀ 28 ਦਿਨਾਂ ਵਿੱਚ ਆਪਾਂ ਕਿਸ ਤਰ੍ਹਾਂ ਤਿਆਰ ਕਰ ਸਕਦੇ ਅਤੇ ਕਿਹੜੇ ਕਿਹੜੇ ਤਰੀਕੇ ਜਿਹੜੇ ਇਸ ਲਈ ਅਪਣਾਏ ਜਾਂਦੇ ਹਨ, ਅਤੇ ਇਸ ਵਿੱਚ ਆਪਾਂ ਹੋਰ ਵੀ ਜਾਣਕਾਰੀਆਂ ਦੇਵਾਂਗੇ ਕਿ ਪਨੀਰੀ ਨੂੰ ਕਿਹੜੇ ਤਰੀਕੇ ਨਾਲ ਬੀਜਣਾ ਚਾਹੀਦਾ ਹੈ। ਅਤੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਚੈਨਲ 'ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਅਤੇ ਨਾਲ ਲੱਗੇ ਬੈਲ ਦੇ ਆਈਕੋਨ ਨੂੰ ਜ਼ਰੂਰ ਦਬਾ ਦਿਓ। ਅਤੇ ਇੱਕ ਜਿਹੜੀ ਬੇਨਤੀ ਹੋ ਰਹੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲਾ ਕੇ ਐਂਡ ਤੱਕ ਦੇਖੋ, ਤਾਂ ਹੀ ਜਿਹੜੀ ਪੂਰੀ ਜਾਣਕਾਰੀ ਮਿਲ ਸਕਦੀ ਹੈ, ਅਤੇ ਐਂਡ ਵਿੱਚ ਆਪਣੇ ਸੁਝਾਅ ਜ਼ਰੂਰ ਦੇ ਕੇ ਜਾਣਾ। ਚਲੋ ਹੁਣ ਆਪਾਂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਸ਼ੁਰੂ, ਕਿਉਂਕਿ ਕਿਸਾਨਾਂ ਵੱਲੋਂ ਸੌਣੀ ਰੁੱਤ ਦੀਆਂ ਫਸਲਾਂ ਦੀ ਬਿਜਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਝੋਨਾ ਉਗਾਉਣਾ ਹੈ, ਉਹਨਾਂ ਕਿਸਾਨਾਂ ਵੱਲੋਂ ਝੋਨਾ ਲਾਉਣ ਲਈ ਪਨੀਰੀ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਵਧੇਰੇ ਝਾੜ ਲਈ ਪਨੀਰੀ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ, ਅਤੇ ਜਿਹੜੀਆਂ ਅੱਗੇ ਗੱਲਾਂ ਦੱਸਾਂਗੇ ਉਹਨਾਂ ਦਾ ਤੁਹਾਨੂੰ ਅਮਲ ਕਰਨਾ ਪਵੇਗਾ। ਤੁਸੀਂ ਝੋਨੇ ਦੀ ਵਧੇਰੀ ਸਿਹਤਮੰਦ ਪਨੀਰੀ ਉਗਾ ਸਕਦੇ ਹੋ। ਬੀਜ ਕਿਸੇ ਵੀ ਫਸਲ ਦੀ ਬੁਨਿਆਦ ਹੁੰਦਾ ਹੈਗਾ ਜੀ, ਇਸ ਲਈ ਸਾਡੇ ਖੇਤ ਵਿੱਚ ਹਮੇਸ਼ਾ ਜਾਨਦਾਰ ਅਤੇ ਰੋਗ ਰਹਿਤ ਬੀਜ ਹੀ ਬੀਜੇ ਜਾਣੇ ਚਾਹੀਦੇ ਹਨ। ਸਾਨੂੰ ਇਸ ਲਈ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈਗਾ। ਬੀਜ ਨੂੰ ਜਿਹੜੀਆਂ ਮੈਂ ਦਵਾਈਆਂ ਦਾ ਨਾਂ ਲੈਣ ਜਾ ਰਿਹਾ ਹਾਂ, ਉਹਨਾਂ ਨਾਲ ਸੋਧ ਲੈਣਾ ਚਾਹੀਦਾ ਹੈਗਾ। ਪਹਿਲੀ ਦਵਾਈ ਹੈਗੀ ਆ ਬਾਵਿਸਟਨ ਅਤੇ ਸਟ੍ਰੈਪਟੋਸਾਈਕਲੀਨ ਨਾਲ ਸੋਧ ਲੈਣਾ ਚਾਹੀਦਾ ਹੈਗਾ। ਏਕੜ ਦੇ 8 ਕਿਲੋ ਬੀਜ ਲਈ 20 ਗ੍ਰਾਮ ਬਵਿਸਟਨ ਅਤੇ 1 ਗ੍ਰਾਮ ਸਟ੍ਰੈਪਟੋਸਾਈਕਲੀਨ 10 ਲੀਟਰ ਪਾਣੀ ਦੇ ਘੋਲ ਵਿੱਚ 12 ਘੰਟੇ ਡਬੋਈ ਰੱਖਣਾ ਲੋੜੀਦਾ ਹੈਗਾ। ਇੱਕ ਵਿਧੀ ਹੋਰ ਪਨੀਰੀ ਤਿਆਰ ਕਰਨ ਸਮੇਂ 1 ਕਿਲੋ ਪਾਥੀਆਂ ਦੀ ਸਵਾਦ 3 ਲੀਟਰ ਪਾਣੀ ਵਿੱਚ ਘੋਲੋ, ਫਿਰ ਪਾਣੀ ਨੂੰ ਪੌਣ ਲਓ ਅਤੇ ਇਸ ਪਾਣੀ ਨੂੰ 8 ਕਿਲੋ ਬੀਜ ਵਾਲੇ ਟੱਬ ਵਿੱਚ ਪਾ ਦਿਓ, ਅਤੇ ਇਹ ਪਾਣੀ ਬੈਕਟੀਰੀਆ ਅਤੇ ਹੋਰ ਰੋਗ ਜਿਵੇਂ ਫੰਗਸ ਆਦਿ ਰੋਗ ਦਾ ਖਤਮ ਕਰਨ ਵਿੱਚ ਬਹੁਤ ਹੀ ਜ਼ਿਆਦਾ ਸਹਾਈ ਹੋਵੇਗਾ। ਇਸ ਤੋਂ ਇਲਾਵਾ ਇੱਕ ਵਿਧੀ ਹੋਰ ਹੈਗੀ ਹੈ ਕਿ 1/2 ਕਿਲੋ ਨਿੰਮ ਦੇ ਪੱਤਿਆਂ ਨੂੰ 3 ਲੀਟਰ ਪਾਣੀ ਵਿੱਚ ਉਬਾਲ ਲਓ ਅਤੇ ਫਿਰ ਇਸ ਨੂੰ ਟੱਬ ਵਿੱਚ ਪਾ ਦਿਓ। ਖਾਸ ਕਰ ਬਾਸਮਤੀ ਵਾਲੇ ਕਿਸਾਨ ਇਹ ਵਿਧੀ ਅਪਣਾ ਸਕਦੇ ਹਨ। ਝੋਨੇ ਦੇ ਬੀਜ ਨੂੰ 12 ਘੰਟੇ ਤੱਕ ਭਿਉਂ ਕੇ ਰੱਖਣਾ ਚਾਹੀਦਾ ਹੈ ਅਤੇ ਫਿਰ 4 ਘੰਟੇ ਬੀਜ ਨੂੰ ਬੋਰੀਆਂ 'ਤੇ ਸੁਕਾਉਣਾ ਚਾਹੀਦਾ ਹੈ। ਜਦੋਂ ਬੀਜ ਪੁੰਗਰ ਜਾਵੇ ਤਾਂ ਇਸ ਨੂੰ ਖੇਤ ਵਿੱਚ ਬੀਜ ਦੇਣਾ ਚਾਹੀਦਾ ਹੈ। ਬੀਜਣ ਦਾ ਜਿਹੜਾ ਤਰੀਕਾ ਹੈਗਾ, ਇੱਕ ਮਰਲੇ ਵਿੱਚ 3 ਕਿਲੋ ਬੀਜ ਪਾਉਣਾ ਚਾਹੀਦਾ ਹੈਗਾ। ਬਾਸਮਤੀ ਵਰਾਇਟੀਆਂ ਦਾ ਬੀਜ ਘੱਟ ਪਾਉਣਾ ਚਾਹੀਦਾ ਹੈ ਅਤੇ ਝੋਨੇ ਦੀ ਪਨੀਰੀ ਵਿੱਚ ਤੁਸੀਂ ਸਿੰਗਲ ਸੁਪਰ ਫਾਸਫੇਟ ਇਸਤੇਮਾਲ ਕਰ ਸਕਦੇ ਹੋ। ਇਸ ਦੀ ਮਾਤਰਾ ਲਈ 8 ਕਿਲੋ ਜਾਂ 3 ਕਿਲੋ DAP ਪ੍ਰਤੀ ਕਨਾਲ ਹੋਣੀ ਚਾਹੀਦੀ ਹੈ। ਜਿੰਕ ਦੀ ਮਾਤਰਾ 5 ਕਿਲੋ ਪ੍ਰਤੀ ਕਨਾਲ ਮਿੱਟੀ ਵਿੱਚ ਰਲਾ ਕੇ ਵੀ ਪਨੀਰੀ 'ਚ ਛਿੱਟਾ ਦਿੱਤਾ ਜਾ ਸਕਦਾ ਹੈ। ਅਤੇ ਪਨੀਰੀ ਬੀਜਣ ਤੋਂ ਪਹਿਲਾਂ ਜਿਹੜਾ ਖੇਤ ਵਿੱਚ ਮੈਗਨੀਸ਼ੀਅਮ ਦਾ ਛਿੱਟਾ ਦੇਣਾ ਜ਼ਰੂਰੀ ਹੈ। ਇਸ ਨਾਲ ਤੁਹਾਡੀ ਪਨੀਰੀ ਹਰੀ ਭਰੀ ਰਹੇਗੀ। ਅਤੇ ਪਨੀਰੀ ਬੀਜਣ ਸਮੇਂ ਸਭ ਤੋਂ ਪਹਿਲਾਂ ਬੀਜ ਦਾ ਛਿੱਟਾ ਦਿਓ ਅਤੇ ਫਿਰ ਕਿਆਰੀ ਵਿੱਚ ਸਵਾਹ ਪਾ ਸਕਦੇ ਹੋ, ਜਿਸ ਨਾਲ ਬੀਜ ਢਕਿਆ ਜਾਂਦਾ ਹੈ। ਅਤੇ ਫਿਰ ਪਨੀਰੀ ਵਿੱਚ ਘੱਟ ਮਾਤਰਾ ਵਿੱਚ ਪਾਣੀ ਛੱਡ ਦਿਓ। ਇਸ ਗੱਲ ਦਾ ਧਿਆਨ ਰੱਖੋ ਕਿ ਖੇਤ ਵਿੱਚ ਵੱਖ ਵੱਖ ਕਿਸਮਾਂ ਦੇ ਬੀਜ ਨਾ ਰਲਣ। ਪਨੀਰੀ ਉਸ ਥਾਂ 'ਤੇ ਨਾ ਬੀਜੋ ਜਿੱਥੇ ਪਿਛਲੇ ਸਾਲ ਝੋਨਾ ਝਾੜਿਆ ਗਿਆ ਹੋਵੇ। ਇਸ ਨਾਲ ਜਿਹੜਾ ਬੀਜ ਰਲਣ ਦਾ ਸੰਭਾਵਨਾ ਰਹਿੰਦੀ ਹੈਗੀ ਹੈ ਕਿ ਝੋਨਾ ਜਿਸ ਨਾਲ ਖਰਾਬ ਹੋ ਸਕਦਾ ਹੈ। ਅਤੇ ਤੁਹਾਨੂੰ